ਹਾਂ ਜੀ ਲਓ ਜੀ ਮਿੱਤਰੋ, ਅਸੀਂ ਰਾਜਸਥਾਨ ਦੇ ਨੇੜੇ ਲੱਗ ਚੁੱਕੇ ਹਾਂ। ਹੁਣ ਮੰਨਤ ਢਾਬੇ ਤੇ ਬੈਠੇ ਆ, ਆ ਸਾਰੇ ਲੰਗਰ ਦਾ ਵੇਟ ਕਰ ਰਹੇ ਨੇ। ਮੰਮੀ ਤਾਂ ਪੂਰੀ ਰਾਜਸਥਾਨੀ ਲੱਗਦੀ ਪਈ। ਆ ਸਾਡਾ ਤਾਰਾ ਸਿੰਘ ਕੈਨੇਡਾ ਤੋਂ ਆਇਆ। ਤਾਰਾ ਸਿੰਘ ਕਿੱਥੇ ਪਹੁੰਚ ਗਿਆ? NRI। ਇਹ ਸਾਡੇ NRI ਅੰਕਲ। NRI ਨਹੀਂ ਰਹਿੰਦੇ ਇੰਡੀਆ, ਇਹ ਹੈਗੇ NRI ਨਹੀਂ ਰਹਿੰਦੇ ਇੰਡੀਆ। ਬੀਬੀ ਇੱਧਰ ਮੂੰਹ ਕਰੋ ਬਈ, ਉਹ ਇੱਧਰ ਮੂੰਹ ਕਰੋ, ਮੂੰਹ ਦਿਖਾਓ ਇੱਧਰ। ਆ ਜਾਓ ਬਈ, ਮੂੰਹ ਦਿਖਾਓ ਸਾਰੇ ਜਣੇ। ਤੇ ਕਿਹੜਾ ਕਿਹੜਾ ਪਹੁੰਚਿਆ ਰਾਜਸਥਾਨ? ਮੰਨਤ ਢਾਬੇ ਤੇ ਰੁਕੇ ਆ, ਬਸ 1 ਘੰਟੇ ਦਾ ਰਸਤਾ ਰਹਿ ਗਿਆ ਸਾਡਾ ਰਾਜਸਥਾਨ ਦਾ। ਪਰਾਂਠਿਆਂ ਦੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈਗਾ। ਐਮ ਏ ਇੱਧਰ ਦੇਖੀ, ਐਮਾ ਦਾ ਅਜੇ ਸੁਸਤ ਪਿਆ, ਐਮਾ ਸੁਸਤ ਪਿਆ ਅਜੇ। ਲਓ ਜੀ ਗਾਇਸ, ਅਸੀਂ ਹੁਣ ਆਪਣੇ ਰੂਮਸ ਪਹੁੰਚ ਚੁੱਕੇ ਹਾਂ ਹੋਟਲ 'ਚ। ਆਹ ਸਾਡਾ ਰੂਮ ਹੈ, ਆਹ ਸਾਡਾ ਤਾਰਾ ਅਤੇ ਐਮੀ ਘੁੰਮਦਾ, ਨਾਲੇ ਰੀਤਾ। ਆਹ ਹੈਗਾ ਇਹ ਸਾਡਾ ਐਮੀ ਅਤੇ ਰੀਤ ਦਾ ਰੂਮ ਬਈ, ਦੇਖ ਲਓ। ਇਹ ਹੈਗਾ ਏ, ਚਲੋ ਜੰਪ ਕਰੋ ਐਮੇ, ਤਾਰ ਨਾ ਕੱਢ, ਫਿਰ ਉਹ ਹੋ ਜਾਏਗੀ, ਲਾਈਟ ਚੱਲ ਜਾਏਗੀ। ਚਲੋ ਹੁਣ ਉਹਨਾਂ ਦੂਸਰਿਆਂ ਦੇ ਰੂਮ 'ਚ ਚੱਲੀਏ, ਆ ਜਾਓ ਦੂਸਰਿਆਂ ਦੇ ਰੂਮ 'ਚ ਚੱਲੀਏ, ਆ ਜਾਓ ਦੂਸਰਿਆਂ ਦੇ ਰੂਮ 'ਚ ਚੱਲੀਏ ਬਈ, ਆ ਜਾਓ ਅੰਕਲ ਹੁਣ ਦਾ ਨਾ 6 4 ਦਿਓ ਲਾਸਟ ਵਾਲਾ। ਤੇ ਹੁਣ ਚੱਲਦੇ ਆ ਆਪਾਂ ਮੰਮੀ ਡੈਡੀ ਦੇ ਰੂਮ ਚ। ਆ ਲਓ ਜੀ ਇਹ ਰੂਮ ਨੰਬਰ ਹੈਗਾ 406 ਤੇ ਲਗੇਜ ਸੈਟਿੰਗ ਹੋ ਚੁੱਕੀ ਹੈ ਤੇ ਆ ਬੈਠੇ ਨੇ ਮੰਮੀ ਡੈਡੀ ਤੇ ਲੰਬੀਆਂ ਤਾਣ ਚੁੱਕੇ ਨੇ। ਮੰਮੀ ਧੁੱਪ ਸੇਕਦੀ ਪਈ ਹੈ। ਚਲੋ ਹੁਣ ਅੱਗੇ, ਹੁਣ ਅਸੀਂ ਅੰਕਲ ਆਂਟੀ ਦੇ ਰੂਮ 'ਚ ਚੱਲਦੇ ਹਾਂ। ਹੁਣ ਅਸੀਂ ਬਹੁਤ ਥੱਕ ਚੁੱਕੇ ਹਾਂ, ਘੱਟੋ ਘੱਟ 9 ਘੰਟੇ ਦਾ ਸਫ਼ਰ ਕੀਤਾ ਅਤੇ ਹੁਣ ਅਸੀਂ ਥੋੜ੍ਹੀ ਦੇਰ ਰੈਸਟ ਕਰਕੇ ਨਹਾ ਧੋ ਕੇ ਰੇਡੀ ਹੋ ਕੇ ਅਗਲਾ ਆ ਰੂਮ ਆ ਗਿਆ ਅੰਕਲ ਉਹਨਾਂ ਦਾ। ਇਹ ਹੈਗਾ 404। ਆ ਹੈਗੇ ਸਾਡੇ ਅੰਕਲ ਜੀ, ਰੇਡੀ ਹੋ ਰਹੇ, ਆਂਟੀ ਜੀ ਬੈਠੇ ਨੇ ਅਤੇ ਆਹ ਰੂਮ ਹੈਗਾ ਆਂਟੀ ਜੀ ਉਹਨਾਂ ਦਾ। ਸਭ ਥੱਕੇ ਹੋਏ ਨੇ ਅਤੇ ਹੁਣ ਸਾਰੇ ਰੈਸਟ ਕਰਨਗੇ। ਹਾਂ ਆਉਂਦੇ ਇੱਧਰ ਤਾਂ ਫਿਲਮ ਵੀ ਲੱਗ ਗਈ ਗੋਲਮਾਲ। ਚਲੋ ਜੀ ਅੰਕਲ ਚੋਕਲੇਟ ਲੁਕਾਉਂਦੇ ਹੋਏ ਫੜੇ ਗਏ, ਅੰਕਲ ਚੋਕਲੇਟ ਲੁਕਾਉਂਦੇ ਹੋਏ। ਕਿਆ ਮੰਗਦਾ ਤੂੰ? ਆ ਲਓ ਜੀ ਅੰਕਲ ਕੋਲੋਂ ਰਿਸ਼ਵਤ ਲਿੱਤੀ ਜਾ ਰਹੀ ਹੈ, ਸਾਰਿਆਂ ਨੂੰ ਮਿਲੀਆਂ ਚੋਕਲੇਟਾਂ।
ਚਲੋ ਜਾ ਕੇ ਖੋਲਦੇ ਚਲੋ ਚਲੋ ਹੁਣ ਆਪਣੇ ਰੂਮ ਚ ਚੱਲੀਏ ਚਲੋ 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 ਹਾਂਜੀ ਓ ਜੀ ਅਮੀਰ ਫੋਰਟ ਦੀ ਬਾਉੜੀ ਚ ਪਹੁੰਚ ਚੁੱਕੇ ਆ। ਓ ਵਾਹ ਇਹ ਵਧੀਆ ਚੀਜ਼ ਯਾਰ, ਪਾਣੀ ਦਾ ਹੋਇਆ ਸਟੋਰ, ਇਹ ਵਧੀਆ ਚੀਜ਼ ਯਾਰ। ਇਹਨਾਂ ਬਣਾਉਗੇ ਇਹ ਆਪਕਾ ਕੈਮਰਾ ਨਹੀਂ ਜਾਂਦਾ। ਹਾਂਜੀ ਇਸਕੇ ਬਾਰੇ ਮੈਂ ਬਤਾਈਏ, ਪਹਿਲਾਂ ਮੈਂ ਆਪਕੋ ਬਤਾਉਂਗਾ ਉਸਕੇ ਬਾਅਦ ਜਰੀ ਪਾਣੀ ਬਤਾਏ। ਹਾਂਜੀ ਸਭੀ ਲੋਗੋ ਖਾਣੇ ਦੋ। ਛੱਡ ਦੇ, ਗਿਰ ਜਾਏਗਾ ਨੀਚੇ, ਨੀਚੇ ਗਿਰ ਜਾਏਗਾ ਪਾਣੀ ਚ। ਕੋਈ ਨਹੀਂ ਮੈਂ ਫੜਿਆ ਛੱਡ ਦੂੰ। ਇਧਰ ਕੀ ਹੋਣਾ ਨਾ ਵੀਡੀਓ। ਹਾਂ ਹਾਂ ਹਾਂ, ये जो बावड़ी है मैं आपको बता दूँ, ये 15 महीने का बावड़ी है। जब विलेज के अंदर रॉयल फैमिली रहती थी तो ये पानी स्टोरेज करने के लिए थी। अच्छा, क्योंकि राजस्थान में शुरू से ही मैं आपको बता दूँ पानी की कमी रही है। अच्छा, तो वो बरसातों का पानी स्टोर करते थे। और ये जो सीढ़ियाँ देख रहे हैं इसमें 1800 सीढ़ियाँ हैं। अच्छा, और यहाँ पर मैं आपको बता दूँ बहुत सारी मूवी के शूट हुआ है, जैसे पहली हुई, दबंग 3 हुई, उसका दबंग 3 का जो गाना है यों करके यों करके, उसका क्या नाम है, उसका शूट भी यहाँ हुआ है। भूल भुलैया 2 हुई, जो वो मंदिर देख रहे हैं वहाँ पर, उसका भूल भुलैया 2 का जो हवन होता है, चारती का इस मंदिर में हुआ, वो मंदिर में हुआ, भूल भुलैया हुआ है उसका शूट। अच्छा, ये 200 फुट गहरी है। और ये मैं आपको बता दूं, उस समय यहाँ राजा पानी के लिए नहाने के लिए पानी इकट्ठा करते थे, और यहीं से पानी के लिए पूरे गांव के अंदर पूरे साल के पीने का पानी, पीने के और नहाने के लिए पानी स्टोरेज करते हैं। वो तो अब भी आपके इतने गांव में कुआं खोद रहे हैं और बरसाता पानी पा रहे हैं। और जो पहले देखेंगे अपन, उसके अंदर भी 3 स्टोरेज टैंक बने हैं, टाके बने हैं। जब हम पहले चल के देखेंगे, इसमें नीचे नहीं जा सकते, यहाँ पर नहीं, नीचे उतरना अलाउ नहीं है। अच्छा, फोटो करवाएंगे अभी यहाँ पर। अच्छा, तो ये विलेज है जिथे जोधा बाई का जन्म होया सी। ये जो आप सामने देख रहे हैं जेगर फोर्ट, ये जो ऊपर किला देख रहे हैं ये जेगर फोर्ट, ये जेगर फोर्ट है, यहाँ वर्ल्ड की सबसे बड़ी कैनन तोप रखी है। अच्छा, वो लाइफ में एक ही बार चलाई गई, उसका जो गोला है मैं आपको बता दूं, चलाने के लिए 100 किलो बारूद लगता था, और उसको चलाने के बाद उसकी रेंज है वो जो 30 किलोमीटर दूर उसके आगे गोला गिरा था मैं आपको। अच्छा, आ जाइए। 30 किलोमीटर 30 किलोमीटर चाकसू गांव है बगल में, वो देसी पुरानियां हुई रही हैं तोपा। ये जरा तुसी कहने है ना, जरा तुसी कहने इथों आए हां, मंदिर की निशानी रखो। हां वो मंदिर, वो मंदिर के मुंह है जिथों आप आए हैं। ये देखो, ये सेफ्टी वॉल है जिहड़ी 14 किलोमीटर है, ये इथों शुरू होके ਇਹ ਵਾਲ ਜਾ ਰਹੀ ਹੈ ਇੱਥੋਂ ਦੀ ਉਹ ਅਗਲੀ ਪਹਾੜੀ 'ਤੇ, ਉਹ ਪਹਾੜੀ 'ਤੇ ਸਾਹਮਣੇ। ਦੇਖੋ ਇਹ ਜਾ ਰਹੀ ਹੈ, ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ। ਚਲੋ ਕਿੱਥੇ, ਇੱਥੇ ਬਣਾਉਣੀ ਫੋਟੋ, ਖਿੱਚਦੇ ਹਾਂ। ਸਦੋ ਜਦੋਂ
ਉਹ ਅੱਗੇ ਉੱਪਰ ਖਿੱਚਦੇ ਆ ਰਸਤਿਆਂ 'ਚ ਖਿੱਚੀ ਜੀ ਵਾਹ ਜੀ ਵਾਹ ਇਹ ਆ ਬਈ ਫੋਰਟ ਅਮੀਰ ਫੋਰਟ ਇਹ ਦੇਖੋ ਨਲਕੇ ਜੋ ਪਾਣੀ ਕੱਢ ਰਿਹਾ ਮੈਂ ਯਾਰ ਚਿਹੜੀ ਤੇਰੇ ਕੋ ਆਵਾਜ਼ ਦਿਆ ਤਾ ਯਾਰ ਤੇਰਾ ਦੰਦ ਵੀ ਲੈ ਜਾ ਤੇਰਾ ਦੰਦ ਰੱਖਾ ਓਏ 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 ਤੇਜ਼ ਤੇਜ਼ ਕਰ ਤੇਜ਼ ਤੇ ਲੈ ਜਾ ਸਰ ਕਰ ਤੇ ਆ ਲਓ ਜੀ ਹੁਣ ਅਸੀਂ ਹਵਾ ਮਹਿਲ ਦੇ ਕੋਲ ਆ ਗਏ ਚਾਹ ਪੀਣ ਲੱਗੇ ਹਾਂ ਆਹ ਬਾਈ ਬਣਾ ਰਿਹਾ ਚਾਹ ਘੈਂਟ ਜੀ ਐਨ ਤੇਜ਼ ਮਿੱਠੇ ਵਾਲੀ ਅਤੇ ਅਦਰਕ ਵਾਲੀ ਆਹ ਕੁੱਲੜ ਵਾਲੀ ਚਾਹ ਪੀਵਾਂਗੇ ਅੱਜ ਅਸੀਂ ਲੈ ਵੀ ਲਓ ਜੀ ਕੈਮ ਜੀ ਬਣਾ ਦਿਓ ਚਾਹ ਆ ਲਓ ਜੀ ਪਿੰਕ ਸਿਟੀ ਚਾਹ ਵਾਲਾ ਆਹ ਦੇਖ ਲਓ ਉੱਪਰ ਪਿੰਕ ਸਿਟੀ ਆਹ ਤੁਹਾਨੂੰ ਬਾਜ਼ਾਰ ਵੀ ਦਿਖਾਈਏ ਆਹ ਬਾਜ਼ਾਰ ਹੈ ਸਾਰਾ ਪਿੰਕ ਸਿਟੀ ਦਾ ਆਹ ਲਓ ਜੀ 21ਵੀਂ ਸਦੀ ਦੇ ਜੀ ਬੈਠੇ ਨੇ ਚਾਹ ਪੀਣ ਵਾਸਤੇ ਇਹ ਹੁਣ ਠੰਡ 'ਚ ਘੁੰਮ ਘੁੰਮ ਕੇ ਥੱਕ ਚੁੱਕੇ ਨੇ ਆਹ ਟੋਪੀਆਂ ਪਾ ਪਾ ਕੇ ਕਾਕੇ ਬੈਠੇ ਨੇ ਆਹ ਇੱਕ ਐਮੂ ਬੈਠਾ ਏ ਆਹ ਰੀਤਾ ਬੈਠਾ ਏ ਆਹ ਸਾਡੇ ਰਾਜਾ ਜੀ ਬੈਠੇ ਨੇ ਮਨੌਲੀ ਵਾਲੇ ਤੇ ਆਹ ਇਹਨਾਂ ਦੀ ਰਾਣੀ ਰਾਣੀ ਦਰਸ਼ਨ ਕਰਾਓ ਆਪਣੇ ਓ ਸੌਰੀ ਭਾਈ ਆਹ ਮਾਛੂਵੜ ਦੇ ਰਾਜਾ ਬੈਠੇ ਨੇ ਤੇ ਆਹ ਇਹਨਾਂ ਦੀ ਰਾਣੀ ਵੈਸੇ ਤਾਂ ਮਨੌਲੀ ਵਾਲੇ ਰਾਜ ਦੀ ਇੱਛਾ ਸੀ 12 ਰਾਣੀਆਂ ਰੱਖਾਂ ਪਰ ਬਜਟ ਨੇ ਸਾਥ ਨਹੀਂ ਦਿੱਤਾ ਫੇਰ ਇਸ ਕਰਕੇ ਇੱਕ ਰਾਣੀ ਨੇ ਹੱਥ ਖੜੇ ਕਰਾਤੇ ਫਿਰ ਕਹਿੰਦੇ ਛੱਡੋ ਪਰਾਂ ਲਓ ਜੀ ਸਾਡੀ ਕੁੱਲੜ ਵਾਲੀ ਚਾਹ ਆ ਗਈ ਏ ਇਹ ਚ ਬੜੀ ਏ ਇਹ ਚ ਬਹੁਤ ਹੈ ਦੇਖਣ ਨੂੰ ਛੋਟ ਹੈ ਤੁਸੀਂ ਦੋ ਚਾਹ ਪੀ ਲਿਓ ਨਾ ਦੋ ਚਾਹ ਪੀ ਲਿਓ ਤੁਸੀਂ ਇਹ ਠੰਡ ਚ ਕੁੱਲੜ ਵਾਲੀ ਚਾਹ ਦੇ ਲੈਣੇ ਆ ਨਜ਼ਾਰੇ ਲਓ ਜੀ ਆ ਦਰਸ਼ਨ ਕਰੋ ਜਲ ਮਹਿਲ ਦੇ ਇਹ ਪਾਣੀ ਦੇ ਵਿੱਚ ਮਹਿਲ ਬਣਿਆ ਹੋਇਆ ਬਸ ਜ਼ੂਮ ਕਰਕੇ ਵੀ ਦਿਖਾ ਦਿੰਦੇ ਆਪਾਂ ਆਹ ਜਲ ਮਹਿਲ
ਰਾਤ ਨੂੰ ਇਹ ਜ਼ਿਆਦਾ ਵਧੀਆ ਲੱਗਦਾ ਵੀ ਲਾਈਟਾਂ ਦਾ। ਜੀ ਇਹ ਦਰਗਾਹ ਸ਼ਰੀਫ ਦਾ ਗੇਟ ਹੈ, ਅੰਦਰ ਵੀਡੀਓ ਅਲਾਊਡ ਨਹੀਂ ਹੈ ਜੀ, ਮੈਂ ਇਸ ਕਰਕੇ ਅਸੀਂ ਇੱਥੇ ਹੀ ਬਣਾਇਆ। ਆ ਜਾਓ ਆਂਟੀ ਜੀ 2 ਮਿੰਟ। ਅੱਜ ਫਰਾਈਡੇ ਹੈ, ਜੁੰਮੇ ਦਾ ਦਿਨ ਹੈ, ਤਾਂ ਕਰਕੇ ਬੜਾ ਥੋੜ੍ਹਾ ਰਸ਼ ਆ ਅੱਜ। ਲਓ ਜੀ ਹੁਣ ਅਸੀਂ ਆ ਗਏ ਹਾਂ ਪੁਸ਼ਕਰ ਬ੍ਰਹਮਾ ਜੀ ਦੇ ਮੰਦਿਰ ਚੱਲੇ ਹਾਂ, ਅਤੇ ਆਹ ਸਾਡਾ ਰੀਤਾ ਸਿੰਘ ਜਾ ਰਿਹਾ ਬਾਜ਼ਾਰ 'ਚੋਂ ਨਿਕਲਦਾ ਹੋਇਆ, ਅਤੇ ਇੱਧਰ ਸਾਡਾ ਤਾਰਾ ਸਿੰਘ ਵੀ ਹੈਗਾ, ਇੱਧਰ ਸਾਡੇ ਅੰਕਲ ਵੀ ਹੈਗੇ ਨੇ ਆਂਟੀ, ਅਤੇ ਸਾਡਾ ਐਮਾ ਵੀ ਹੈਗਾ। ਇੱਥੇ ਫੈਨ ਨਹੀਂ ਹੈਗਾ, ਇਹਨੂੰ ਫੈਨ ਦੇ। ਬਾਕੀ ਸੰਗਤ ਸਾਡੀ ਪਿੱਛੇ ਆ ਰਹੀ ਹੌਲੀ ਹੌਲੀ। ਸ਼੍ਰੀ ਨਰਸਿੰਘ ਟੈਂਪਲ, ਜਲੰਧਰ ਨਰਸਿੰਘ ਟੈਂਪਲ ਆ। ਬ੍ਰਹਮਾ ਜੀ ਦੇ ਮੰਦਿਰ ਐਂਟਰੀ ਕਰਨ ਲੱਗੇ ਹਾਂ, ਲੈ ਲਏ ਅਸੀਂ ਫੁੱਲ ਮੱਥਾ ਟੇਕਣ ਨੂੰ, ਅਤੇ ਇੱਧਰ ਆ ਐਂਟਰੀ ਹੈ, ਇੱਧਰ ਇਹ ਸਾਰੀ ਮਾਰਕੀਟ ਹੈ ਜਿੱਥੋਂ ਅਸੀਂ ਆਏ ਹਾਂ, ਉਹ ਸਾਡਾ ਐਮਾ ਸਿੰਘ ਜਾਂਦਾ ਪਿਆ। ਚਾਹ ਪੌੜ ਇੱਧਰ ਆਓ ਐਮੇ, ਚਾਹ ਪੌੜੀਆਂ ਨੇ ਉਹ ਸਾਹਮਣੇ ਬ੍ਰਹਮਾ ਜੀ ਦਾ ਮੰਦਿਰ ਹੈ, ਦੁਨੀਆ ਦਾ ਇਕਲੌਤਾ ਮੰਦਿਰ। ਇਹ ਐਂਟਰੀ ਹੈ ਮੰਦਿਰ ਦੀ। ਲਓ ਜੀ ਅਜਮੇਰ ਦੇ ਕਰੋ ਦਰਸ਼ਨ ਰਾਤ ਦੇ। ਅਜਮੇਰ ਵੀ ਕਾਫੀ ਵੱਡਾ ਹੈ ਨਾ। ਹਾਂ
ਤਰਕਾ ਉਹ ਇਸ ਪਾਸੇ ਨੂੰ ਉਹ ਸਾਹਮਣੇ ਜਾ ਕੇ ਹੈ ਨਾ ਇੱਧਰ ਹੀ ਕਿਤੇ ਅੰਦਰ ਨੂੰ ਜਾ ਕੇ ਲਓ ਜੀ ਅਸੀਂ ਹੁਣ ਅਜਮੇਰ ਤੋਂ ਵਾਪਸ ਜਾ ਰਹੇ ਹਾਂ ਜੈਪੁਰ ਦੇ ਰਸਤੇ 'ਚ ਅਸੀਂ ਹੋਟਲ ਹਾਈਵੇ ਕਿੰਗਸ 'ਤੇ ਖੜ੍ਹੇ ਹਾਂ ਓਏ ਕੀ ਕਰਦਾ ਪਿਆ ਤੇ ਹੈ ਇਹਨਾਂ ਦੇ ਪੁੱਠੇ ਕੰਮ ਪਾਣੀ ਦੇ ਵਿੱਚ ਵੜਦਾ ਤੁਹਾਡੀ ਮੈਂ ਕਟਾਈ ਕਰ ਦੇਣੀ ਆ ਆਹ ਦੇਖੋ ਫਾਊਂਟੇਨ ਕਲਰਫੁੱਲ ਜੀ ਓਏ ਵਿੱਚ ਨਾ ਗਿਰ ਜੀ ਸਾਰੇ ਕੱਪੜੇ ਲਿਬੜ ਜਾਣਗੇ ਦੇਖ ਆ ਖੜੀ ਸਾਡੀ ਜਨਤਾ ਵਿਹਲੀ ਜਨਤਾ ਆਹ ਹੁਣ ਗੁਬਾਰੇ ਬੰਨੀ ਉੱਧਰ ਗੁਬਾਰੇ ਵੀ ਦਿਖਾਓ ਨਾ ਗਨ ਸ਼ੂਟਿੰਗ ਓ ਯਾਰ ਇਸ ਕੱਟ ਮੇ ਦੇਖ ਕੁਛ ਚਲਾਣਾ ਸਰ ਅਤੇ ਇਸ ਕੱਟ ਮੇ ਦੇਖ ਤੋ ਮੈਂ ਕਸਮ ਕੱਟ ਮੇ ਇਹ ਦੇਖਣਾ ਫੋਟੋ ਕੋ ਇਸ ਨੌਕ ਵੀ ਛੁੱਟ ਮੈਂ ਮਨਾ ਕਰੋ ਓਏ ਟੁੱਟ ਜਾਏਗਾ ਮਨਾ ਕਰ ਰਹੇ ਹੋ ਅਰੇ ਬਾਹੂ ਲੱਗ ਜਾਏਗੀ ਨਹੀਂ ਭਾਰੀ ਹੈ ਭਾਰੀ ਹੈ ਲੱਗ ਜਾਏਗੀ ਬੇਟੇ ਉਹ ਚੁੱਲਿਆਂ ਤੇ ਚਲੇ ਜਾਓ ਚਲ ਦਸ ਹੋ ਗਏ ਦੇਰ ਆ ਗਏ ਕਿਤਨੇ ਹੁਣ ਮੇਰੀ ਹੁਣ ਇੱਕ ਮੇਰੀ ਦੋ ਤੋੜਤੇ ਬਸ ਐ ਰੱਖ ਕੇ ਠਾ ਦੋ ਟੁੱਟ ਗਏ ਬਸ ਹੁਣ ਤੇਰੀ ਐਮੇ ਦੀ ਗੱਡੀ ਚੱਲੀ ਹੈ ਛਲਾਂਗਾ ਮਾਰਦੀ ਓ ਵਾਹ ਜੀ ਵਾਹ ਓ ਵਾਹ ਜੀ ਵਾਹ ਇਹ ਤਾਂ ਬੜੀ ਜ਼ਬਰਦਸਤ ਗੱਡੀ ਚਲਾਉਂਦਾ ਪਿਆ ਮੁੰਡਾ ਨਾਲ ਤਾਰਾ ਬਿਠਾਇਆ ਏ ਨਹੀਂ ਉਹਨੇ ਇੱਧਰ ਆਉਣਾ ਹੋਣਾ ਖਾਲਾ ਵਾ ਜੰਗਲਾਂ ਚੋਂ ਨਿਕਲ ਗਈ ਕਾਰ ਲਓ ਜੀ ਚਲੋ ਹੁਣ ਤੋਪ ਦੇਖਣ ਚੱਲਦੇ ਹਾਂ ਜਿਹੜੀ ਸਭ ਤੋਂ ਵੱਡੀ ਤੋਪ ਹੈ 30 ਕਿਲੋਮੀਟਰ ਤੱਕ ਮਾਰ ਕਰਦੀ ਆ ਇਹ ਤੋਪ ਤੇ ਆਹ ਗੇਟ ਐਂਟਰੀ ਆ ਉਹਦੀ ਆਹ ਸਾਡੀ ਬਰਾਤ ਜਾ ਰਹੀ ਹੈ
ਅੱਛਾ ਆ ਜਾਓ ਜੀ ਅੰਦਰ ਆ ਜਾਓ। ਗੱਡੀਆਂ ਅੰਦਰ ਤੱਕ ਜਾਂਦੀਆਂ ਥੋੜੀ ਦੇਣੀ ਆ ਕਾਫੀ ਵੱਡਾ ਕਿਲਾ ਹੈ। ਚੱਕੂ ਕਹਿੰਦਾ ਮੈਨੂੰ ਤੂੰ ਸਾਰਿਆਂ ਤੋਂ ਬੁੱਢਾ ਹੋ ਗਿਆ। ਐਵੇਂ ਕਬੂਤਰ ਫੜਨ ਲੱਗ ਗਿਆ। ਲੈ ਫੜ ਲੈ ਫੜ ਲੈ ਇਹ ਟੀਮ ਸੇਟ ਵੀ ਦੇਖ ਰਹੇ ਹੋ ਆਪ ਜੋ ਉਸ ਜ਼ਮਾਨੇ ਨੂੰ ਲਾਏ ਗਏ ਤੇ ਇੰਗਲੈਂਡ ਸੇ ਸਵਾਈ ਰਾਮ ਸਿੰਘ ਜੀ 1835 ਮੇਂ ਪਹਿਲੇ ਆਪਣੇ ਇੰਡੀਆ ਮੇਂ ਟੀਮ ਕਾ ਕੰਮ ਨਹੀਂ ਹੋਤਾ ਥਾ। ਯੇ ਜੋ ਤੋਪ ਦੇਖ ਰਹੇ ਹੋ ਆਪ ਤੋ ਵਰਲਡ ਕੀ ਸਭਸੇ ਬੜੀ ਤੋਪ ਹੈ ਔਰ ਇਸ ਤੋਪ ਕਾ ਨਾਮ ਹੈ ਜੈਵਾਨ। ਇਸਕਾ ਨਿਰਮਾਣ ਸਵਾਈ ਜੈ ਸਿੰਘ ਜੀ ਨੇ ਕਰਾਇਆ ਗਿਆ ਥਾ ਸ਼ਾਸਨ ਕਾਲ ਮੇਂ 1720 ਮੇਂ। ਇਸਕੀ ਜੋ ਨੀਚੇ ਫੈਕਟਰੀ ਹੈ ਵਹਾਂ ਸੇ ਅਲਗ ਅਲਗ ਪਾਰਟ ਲਾ ਕਰਕੇ ਇਸਕੋ ਯਹਾਂ ਸੰਭਲ ਕੀਆ। ਉੱਪਰ ਕਾ ਜੋ ਬੈਰੀਅਲ ਦੇਖ ਰਹੇ ਹੋ ਆਪ ਯੇ ਬਣਾ ਹੁਆ ਅਸ਼ਟ ਧਾਤੂ ਕਾ। ਅਸ਼ਟ ਧਾਤੂ ਕਾ ਮਤਲਬ ਹੋਤਾ ਹੈ ਇਸਮੇਂ ਸਾਰਾ ਮਿਕਸ ਹੈ ਸੋਨਾ ਚਾਂਦੀ ਤਾਂਬਾ ਪੀਤਲ ਲੋਹਾ ਕਾ ਸਾਥ ਮੇਂ। ਸਿਰਫ ਇਸਕੀ ਨਾਲ ਕੀ ਲੰਬਾਈ ਹੈ 20 ਫਿਟ। ਗਾੜੀ ਔਰ ਥੋਕ ਸਹਿਤ ਵੈਟ ਇਸਕਾ ਟੋਟਲ ਵਜ਼ਨ 250 ਟਨਸ 50 ਕਿਲੋ ਕਾ ਇਸਕਾ ਗੋਲਾ ਹੈ। ਕੁੰਟਲ ਇਸਮੇਂ ਬਾਰੂਦੀਆ ਚਲਾਣੇ ਕੇ ਲੀਏ 100 ਕਿਲੋ ਇੱਕ ਵਾਰ। ਤੋ ਇਸਕੀ ਮਾਰਕ ਸਮਸਤਾ ਪਾਈ ਗਈ 22 ਮੀਲ ਕਾ ਮਤਲਬ ਹੋਤਾ ਹੈ ਯਾਨੀ ਜੈਪੁਰ ਸੇ 35 ਕਿਲੋਮੀਟਰ ਦਾ ਪੜਤਾ ਹੈ। ਬਾਈ ਰੋਡ ਟੋਂਕ ਰੋਡ ਪੇ ਚੌਕੀ ਡਾਣੀ ਕੇ ਪਾਸ ਮੇਂ ਚਾਕਸੂ ਗਾਉਂ ਹੈ ਵਹਾਂ ਜਾ ਕਰਕੇ ਇਸਕਾ ਗੋਲਾ ਗਿਰਾ ਥਾ। ਜਹਾਂ ਗੋਲਾ ਗਿਰਾ ਥਾ ਆਜ ਵੀ ਉਸ ਜਗ੍ਹਾ ਕਾ ਨਾਮ ਪ੍ਰਸਿੱਧ ਹੈ ਗੋਲੀ ਮਾਰ ਕੇ ਨਾਮ ਸੇ। ਵਹਾਂ ਕੋਈ ਬਸਤੀ ਵਸੀ ਵੀ ਨਹੀਂ ਹੈ ਆਜ ਵੀ ਤਾਲਾਬ ਬਸਾ ਹੁਆ ਹੈ। ਕਾਰਨ ਕਿਆ ਥਾ ਉਸ ਟਾਈਮ ਜੈਪੁਰ ਬਸਾ ਹੁਆ ਨਹੀਂ ਥਾ ਤੋ ਇਸਕਾ ਸਾਊਂਡ ਇਤਨਾ ਤੇਜ਼ ਥਾ ਕਿ ਇਸਕੀ ਆਵਾਜ਼ ਸੇ ਕਿਤਨੀ ਦੀਵਾਰੇ ਕਿਤਨੇ ਪਸ਼ੂ ਪਕਸ਼ੀ ਕਿਤਨਾ ਨੁਕਸਾਨ ਕਿਤਨੀ ਮਹਿਲਾ ਜੋ ਚਲਾਣੇ ਵਾਲਾ ਥਾ ਉਹ ਵੀ ਉਹਦਾ ਸਪੋਰਟ ਖਤਮ। ਉਸ ਤੋਂ ਬਾਅਦ ਦੁਬਾਰਾ ਕਭੀ ਯੂਜ਼ ਨਹੀਂ।
तो बड़े टायर आप देख रहे हो 9 फीट के हैं, पीछे के टायर 4.5 फीट के हैं, बीच में इसका जैक सिस्टम है बेल्ट कम दूरी करने के लिए। 6 आदमी मिलकर इसको घुमाएंगे तो डायरेक्शन चेंज हो सकता है, बल्कि ऊपर नीचे नहीं जा सकती है। तो 2 हाथी आगे के लिए लगेंगे तो 2 हाथी पीछे के लिए लगेंगे। 4 हाथी द्वारा इसको घुमाया जाता था, तो विजयदशमी के दिन इनकी जो सिटी पैलेस से रॉयल फैमिली आती है वो आकर के दशहरा पर इनकी पूजा करते हैं। सर सर ये आप एक बार ही चला, एक बार चला अच्छी देख ली लो जी, करो दर्शन दुनिया की लार्जेस्ट कैनन। ਇਹਦਾ ਇੱਕੋ ਵਾਰੀ ਟਰਾਇਲ ਹੋਇਆ ਸੀ ਅਤੇ ਉਨੇ 'ਚ ਇਹਨੇ ਬਹੁਤ ਨੁਕਸਾਨ ਕਰਦੇ, ਚਲਾਉਣ ਵਾਲਾ ਵੀ ਮਰ ਗਿਆ ਸੀ, ਆਲੇ ਦੁਆਲੇ ਦੇ ਪਸ਼ੂ ਪੰਛੀ ਅਤੇ ਜਿੰਨੇ ਲੋਕ ਸੀ ਸਭ ਐਡੀ ਆਵਾਜ਼ ਨਾਲ ਬਹੁਤ ਨੁਕਸਾਨ ਕੀਤਾ ਇਹਨੇ, ਅਤੇ ਉਸ ਤੋਂ ਬਾਅਦ ਫਿਰ ਕਦੇ ਨਹੀਂ ਚਲਾਈ ਗਈ। ਲਓ ਜੀ ਕਰੋ ਦਰਸ਼ਨ ਪਿੰਕ ਅੰਬੈਸਡਰ ਦੇ, ਹੈਂ ਖੜ ਜਾ ਖੜ ਜਾ, ਚੱਲਦੀ ਹੈ ਇਹ, ਹਾਂ ਚੱਲਦੀ, ਵਧੀਆ ਕੰਡੀਸ਼ਨ ਹੋਣੀ ਹੈ। ਮੈਂ ਇੱਥੇ ਹੀ ਖੜ ਜਾਓ, ਇੱਧਰ ਦੇਖਦੇ ਹਾਂ ਹੁਣ ਕੀ ਆ, ਚਲੋ ਚੱਲੀਏ। ਐਂਟਰੀ ਤਾਂ ਬਹੁਤ ਸੋਹਣੀ ਆ, ਇੱਕ ਕੈਨਲ ਇੱਧਰ ਲੱਗੀ ਹੋਈ ਆ, ਇੱਧਰੋਂ ਸਟਾਰ ਵੀ ਬਣ ਜਾਂਦਾ। ਇੱਧਰ ਲੱਗਿਆ ਹੋਇਆ ਫੈਸਟੀਵਲ ਬਾਜ਼ਾਰ, ਆਹ ਦੇਖੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੈ।
ਆਹ ਵਿਊ ਦੇਖੋ ਜਰਾ। ਇਹ ਹੈਗਾ ਨੀਚੇ ਅਮੇਰ ਫੋਰਟ, ਇੱਥੇ ਅਸੀਂ ਪਰਸੋਂ ਘੁੰਮੇ ਸੀਗੇ। ਨਾਹਰਗੜ੍ਹ ਦੇ ਕਿਲ੍ਹੇ 'ਚ ਪਹੁੰਚ ਚੁੱਕੇ ਹਾਂ, ਇਹ ਕਿਲ੍ਹੇ ਦੀ ਐਂਟਰੀ ਆ ਅਤੇ ਉਹ ਸਾਡਾ ਪ੍ਰਿੰਸ ਆ ਰਿਹਾ। ਚਲੋ ਵੀ ਚਲੋ ਅੰਦਰ ਚਲੀਏ। ਉਹ ਜੀ ਇੱਥੋਂ ਟਿਕਟ ਲੈਣੀ ਪੈਣੀ ਮੈਨੂੰ ਲੱਗਦਾ। ਨਹੀਂ ਫੋਟੋ ਘੁੰਮ ਕੇ ਆਉਂਦੀ ਆ। ਵਿਊ ਦੇਖ ਕਿੰਨਾ ਸੋਹਣਾ ਇੱਥੋਂ। ਇਹ ਬਾਉੜੀ ਹੋਣੀ ਇਹਨਾਂ ਦੀ, ਲਓ ਜੀ ਰਾਣੀਆਂ ਦੀ ਬਾਉੜੀ, ਇਹ ਸਾਰਿਆਂ ਦੀ ਹੋਣੀ ਆ ਇੱਥੇ ਕਿਲ੍ਹੇ ਦੀ। ਪੌੜੀਆਂ ਦੇ ਕਿਵੇਂ ਦੀ ਬਣਾਈਆਂ ਇੱਥੇ ਹੈ ਨਾ, ਇਹ ਬਾਉੜੀ ਆ ਪਾਣੀ ਇਕੱਠਾ ਕਰਨ ਵਾਲੀ, ਪਾਣੀ ਸਟੋਰ ਕਰਨ ਵਾਸਤੇ ਵੇ। ਉਹ ਇੱਧਰੋਂ ਦੀ ਪੂਰਾ ਸ਼ਹਿਰ ਜਿਹਾ ਦਿਖਦਾ ਵਾ ਪਿੱਛੇ ਦੀ। ਹਾਂਜੀ ਆਹ ਪੌੜੀਆਂ ਦੇਖਿਓ ਕਿੰਨੀਆਂ ਤੰਗ ਨੇ ਜੀ। ਇਹ ਤੋਂ ਇਹ ਪਤਾ ਲੱਗਦਾ ਵੀ ਉਸ ਟਾਈਮ ਦਾ ਰਾਜੇ ਨਾ ਜਾਂ ਸਰੀਰ ਦੇ ਕਾਫੀ ਮਤਲਬ ਕਿ ਛੋਟੇ ਕਹਿ ਲਓ ਵੀ ਸਰੀਰ ਛੋਟੇ ਜਾਂ ਕੱਦ ਕੱਦ ਛੋਟਾ ਹੋਊਗਾ, ਬਹੁਤ ਹੀ ਬਰੀਕ ਕਿਸਮ ਦੇ ਲੱਗਦਾ ਤੇ ਇਹੀ ਹੈ ਜਿੱਡੀ ਕਿ ਪੌੜੀ ਹੈ। ਪੌੜੀ ਦੇ ਹਿਸਾਬ ਨਾਲ ਤਾਂ ਅਸੀਂ ਇਹੀ ਰਿਜ਼ਲਟ ਕੱਢਿਆ। ਪੌੜੀ ਦੇ ਹਿਸਾਬ ਨਾਲ ਤਾਂ ਉਸ ਟਾਈਮ ਰਾਜੇ ਮਹਾਰਾਜੇ ਸੀ ਨਾ, ਬਹੁਤ ਕਮਜ਼ੋਰ ਕਿਸਮ ਦੇ ਰਾਜੇ ਸੀ। ਹਾਂ ਤੇ ਮਤਲਬ ਬਹੁਤ ਬਰੀਕ ਸੀਗੇ ਰਾਜੇ ਉਹ, ਬਿਲਕੁਲ ਇਸ ਪੌੜੀ ਦੇ ਅਕੋਰਡਿੰਗ। ਹਾਂ ਤੇ ਲੇਕਿਨ ਜੇ ਉਸ ਟਾਈਮ ਅਸੀਂ ਮਹਾਰਾਜੇ ਹੁੰਦੇ ਕੋਰੀਡੋਰ ਜਿੱਥੋਂ ਰਾਜਾ ਰਾਣੀਆਂ ਨੀਚੇ ਰਾਜੇ ਨੂੰ ਦੇਖਦੇ ਸੀ। ਹਾਂ
ਰਾਜਾ ਇੱਥੋਂ ਦੀ ਜਾਂਦਾ ਸੀ ਵੀ ਕਿਹੜੀ ਰਾਣੀ ਕੋਲ ਜਾਣਾ, ਰਾਣੀ ਨੂੰ ਦੂਜੀ ਰਾਣੀ ਨੂੰ ਪਤਾ ਨਹੀਂ ਲੱਗਦਾ ਸੀ ਵੀ ਹਾਂ ਵੀ ਉਹ ਕਿਹੜੀ ਰਾਣੀ ਕੋਲ ਗਿਆ। ਇਹ ਕੋਰੀਡੋਰ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਥੱਲੇ, ਪਰ ਸਾਨੂੰ ਇਹ ਥੱਲੇ ਜਾਣ ਦਾ ਰਾਹ ਨਹੀਂ ਲੱਭ ਰਿਹਾ ਅਸੀਂ। ਚਲੋ ਜੀ ਸਾਨੂੰ ਹੁਣ ਰਸਤਾ ਨਹੀਂ ਲੱਭ ਰਿਹਾ, ਅਸੀਂ ਜਾਣਾ ਕਿੱਧਰ ਆਉਂਦੀ ਹੈ ਥੱਲੇ, ਅਸੀਂ ਬੌਂਦਲ ਗਏ ਹਾਂ, ਅਸੀਂ ਕੋਰੀਡੋਰ 'ਚ ਘੁੰਮੀ ਜਾਂਦੇ ਹਾਂ। ਆਹ ਦੇਖੋ ਫੇਰ ਆ ਗਿਆ ਕੋਰੀਡੋਰ। ਰਾਜੇ ਬਹੁਤ ਤੇਜ਼ ਸੀ, ਇਸ ਕਿਸਮ ਦੇ ਰਾਜੇ ਸੀ। ਇਧਰੋਂ ਚੱਲਦੇ ਅੱਜ ਕੱਲ ਹੁੰਦੇ ਤਾਂ ਅੱਜ ਕੱਲ ਉਹਨਾਂ ਨੂੰ ਕਿਸੇ ਨੇ ਛੱਡਣਾ ਨਹੀਂ ਸੀਗਾ ਨਾ। ਨਾਲੇ ਅੱਜ ਕੱਲ ਦੇ ਨਾਲੇ ਅੱਜ ਕੱਲ ਦੀ ਇੱਕ ਰਾਣੀ ਸਾਂਭਣੀ ਔਖੀ ਹੈ। ਇੱਕ ਰਾਣੀ ਵੀ ਰੱਖਣੀ ਔਖੀ ਹੈ, ਤਾਂ ਕਰਕੇ ਹੁਣ ਸਿਰਫ ਇੱਕ ਰਾਣੀ ਤੇ ਇੱਕ ਉਹਦਾ ਬੱਚਾ, ਬਸ ਇੰਨਾ ਕੀ ਸਾਂਭਿਆ ਜਾਂਦਾ। ਇੱਧਰ ਚੱਲੀਏ ਥੱਲੇ, ਇਹੀ ਲੱਗਦਾ ਰਸਤਾ, ਆਪਾਂ ਕਿਤੇ ਹੋਰ ਹੀ ਨਾ ਵੜ ਜਾਈਏ। ਆਪਾਂ ਜਾ ਕੇ ਦੇਖਦੇ ਹਾਂ ਜਰਾ ਇੱਧਰ ਹੈ ਕਿਆ, ਆਹੀ ਲੱਗਦਾ ਮੈਨੂੰ ਤਾਂ ਰਸਤਾ। ਪੌੜੀਆਂ ਥੋੜੀਆਂ ਜਿਹੀਆਂ ਗੰਦ ਜਿਹਾ ਪਾਇਆ ਲੋਕਾਂ ਨੇ, ਲੱਗਦਾ ਅਸੀਂ ਪਹੁੰਚ ਹੀ ਗਏ ਥੱਲੇ, ਲੱਭਦੇ ਲਭਾਉਂਦੇ। ਹੁਣ ਇਹ ਨਹੀਂ ਪਤਾ ਸੀ ਇੱਥੋਂ ਹੀ ਚੜ੍ਹੇ ਸੀਗੇ ਜਾਂ ਕਿਤੋਂ ਹੋਰ ਆਏ ਸੀ। ਆ ਗਏ ਬਾਹਰ ਤੇ ਆ ਗਏ ਅਸੀਂ, ਆ ਦੇਖ ਇਹ ਵੀ ਮੈਨੂੰ ਲੱਗਦਾ ਸਾਰਾ ਰਾਣੀਆਂ ਦਾ ਹੀ ਆ, ਇੱਥੇ ਸਾਰੀ ਰਾਣੀਆਂ ਹੀ ਰਹਿੰਦੀਆਂ, ਪਰ ਰਾਣੀਆਂ ਜੋਗੇ ਹੀ ਰਹਿ ਗਏ ਰਾਜੇ। ਹੈਗਾ ਜੀ ਉੱਪਰੋਂ ਦੇ ਵਿਊ ਦੇਖੋ ਸ਼ਹਿਰ ਦਾ, ਤਾਂ ਇੰਨੀ ਜ਼ਿਆਦਾ ਅੰਦਰ ਅੰਦਰ ਅੰਦਰੋਂ ਕਮਰੇ ਬਣੇ ਹੋਏ ਨਾ, ਭੂਲ ਭੁਲੱਈਆ ਹੀ ਬਣਾ ਰੱਖਿਆ ਰਾਜਿਆਂ ਨੇ। ਆਹ ਦੇਖੋ ਇਹ ਵੀ ਸੇਮ ਹੈ, ਜੇ ਅੱਗੇ ਜਾਓ ਤਾਂ ਅੱਗੇ ਵੀ ਸੇਮ ਆ, ਸੇਮ ਇੱਦਾਂ ਦੇ ਤੁਹਾਨੂੰ ਕਈ ਮਿਲਣਗੇ ਅਤੇ ਪਤਾ ਨਹੀਂ ਲੱਗਦਾ ਕਿਹੜੇ ਕਮਰੇ 'ਚ ਵੜੋ ਅਤੇ ਕਿੱਧਰੋਂ ਨਿਕਲਦੇ ਆ। ਪੂਰਾ ਸ਼ਹਿਰ ਦਾ ਵਿਊ ਦਿਖਦਾ ਇੱਥੋਂ ਦੀ, ਪੂਰਾ ਇਹ ਦੇਖੋ ਜੀ ਪੂਰਾ ਸ਼ਹਿਰ ਦਿਖਦਾ ਇੱਥੇ, ਅਤੇ ਰਾਣੀਆਂ ਦੇ ਕਮਰੇ ਨੇ, ਰਾਣੀਆਂ ਇੱਥੋਂ ਦੀ ਪੂਰਾ ਸ਼ਹਿਰ ਦੇਖ ਸਕਦੀਆਂ। ਵਿੱਚੋਂ ਲੇਕ ਜੀ ਵੀ ਹੈਗੀ ਆ ਨਾ, ਕੋਈ ਉੱਪਰ ਦਾ ਦੇਖ ਲਓ, ਆਹ ਪੌੜੀਆਂ ਨੇ ਜਿੱਥੋਂ ਅਸੀਂ ਆਏ ਹਾਂ। ਇੱਧਰ ਕੀ ਹੈ, ਆਹ ਕੀ ਚੀਜ਼ ਹੈ, ਲੈ ਇੱਥੇ ਫੋਟੋ ਖਿੱਚਦੇ ਆਪਾਂ। ਇਹ ਬੜੀ ਗੁਫਾ ਜੀ ਬਣਾਈ ਹੋਈ ਹੈ ਨਾ, ਜਾਂ ਤਾਂ ਰਾਣੀਆਂ ਦੇਖਦੀਆਂ ਹੋਣੀਆਂ ਇੱਥੋਂ ਦੀ। ਲਓ ਜੀ ਕਿਲ੍ਹੇ ਦੇ ਅੰਦਰ ਦੇ ਦਰਸ਼ਨ ਕਰਾਈਏ ਤੁਹਾਨੂੰ, ਬਹੁਤ ਜ਼ਬਰਦਸਤ ਪੇਂਟਿੰਗ ਹੋ ਰੱਖੀ ਹੈ ਇੱਥੇ। ਆ ਜਾਓ ਅੰਦਰ ਕਮਰੇ ਵੀ ਦਿਖਾਈਏ,
ਇਹ ਜਿਹੜੇ ਇੱਥੇ ਕਲਰ ਉਹ ਰੱਖੇ ਆ ਨਾ ਜੀ, ਇਹ ਨੈਚੁਰਲ ਕਲਰ ਹੈ, ਇਹ ਸਬਜ਼ੀਆਂ ਤੋਂ ਫਲ ਫਰੂਟ ਤੋਂ ਕਲਰ ਬਣਾਏ ਹੋਏ ਆ, ਨੈਚੁਰਲ ਕਲਰ ਨੇ ਇਹ ਸਾਰੇ। ਕਲਾਕਾਰੀ ਕਿੰਨੇ ਸੋਹਣੇ ਬਣਾਏ ਹੋਏ ਨੇ। ਆ ਜਾਓ ਅੰਦਰ ਕਮਰੇ ਚੱਲੀਏ। ਚੱਲੇ ਰੈਸਟੋਰੈਂਟ, ਬਰਾਤ ਆ ਗਈ, ਬਰਾਤ ਆ ਗਈ। ਕੈਮਰਾ ਤਾਂ ਨਹੀਂ ਆ ਗਿਆ ਹੱਥ, ਚਲੋ ਚਲੋ। ਉਹ ਕਰੋ ਯਾਰ, ਚੱਲ ਚੱਲ ਮੁੰਡੇ ਅੱਗੇ। ਕਰਨਾ ਉਹ ਹਾਂਜੀ ਹਾਂਜੀ। ਲਓ ਜੀ ਰੈਸਟੋਰੈਂਟ 'ਚ ਅਸੀਂ ਸੰਗਤ ਬਹਿ ਗਈ ਲੰਗਰ ਖਾਣ, ਸੰਗਤ ਬਹਿ ਚੁੱਕੀ ਲੰਗਰ ਖਾਣ। ਆ ਪ੍ਰਾਹੁਣਾ ਸਾਡਾ ਵਿੱਚ ਬੈਠਾ ਜਿਹਦਾ ਵਿਆਹ ਤੇ ਬਰਾਤ ਆਈ ਹੈ। ਇਸਕੀ ਛੋਟੀ ਸੀ ਵੋਟੀ, ਉਹਨੇ ਦੇਖ ਲਈ ਹੈ। ਇੱਕ ਵੋਟੀ ਅਸੀਂ ਖਰੀਦ ਵੀ ਲਈ ਇਹਦੀ ਨਿੱਕੀ ਜੀ, ਹਜੇ ਤੰਗ ਕਰ ਰਹੀ ਸੀ ਉਹਨੂੰ ਬੰਦ ਕਰਕੇ ਆਏ ਆ। ਰੀਤਾ ਮੇਰਾ ਬਣਾਉਂਦਾ ਵੀਡੀਓ ਤੁਸੀਂ ਹੁਣ ਉਧਰ ਦੇਖੋ ਪਹਿਲਾਂ। ਅੱਛਾ ਚਲੋ ਖਵਾ ਲੋ,
ਬਸ ਮੈਂ ਪਹਿਲਾਂ ਦੱਬੋ ਵੀ।